ਗੁੱਸਾ ਜੀ ਗੁਰਮੁਖੋ ਮਸੀਤ ਵਿੱਚੋਂ ਨਮਾਜ਼ ਅਦਾ ਕਰਕੇ ਅਤੇ ਕਥਾ ਕਰਕੇ ਬਾਹਰ ਨਿਕਲੇ। ਨਮਾਜ਼ ਪੰਜ ਵਕਤ ਦੇ ਨਮਾਜ਼ੀ ਸਨ ਅਤੇ ਕਥਾ ਕਰਦੇ ਸੀ ਰੋਜ਼ਾਨਾ। ਅਤੇ ਜਿਹੜੀ ਮਸੀਤ ਸੀ ਨਾ, ਮਸੀਤ ਸੀ ਬਿਲਕੁਲ ਨਗਰ ਦੇ ਕਿਨਾਰੇ ਦੇ ਉੱਪਰ, ਇੱਕ ਪਾਸੇ ਜੰਗਲ ਸੀ, ਦੂਜੇ ਪਾਸੇ ਨਗਰ ਸੀ, ਕਿਨਾਰੇ ਉੱਤੇ ਬਣੀ ਹੋਈ ਸੀ। ਤੁਸੀਂ ਅੱਜ ਵੀ ਕਦੇ ਜਾਓ, ਆਮ ਤੌਰ 'ਤੇ ਗੁਰਦੁਆਰੇ ਹੁੰਦੇ ਨੇ ਜਿਹੜੇ ਉਹ ਨਗਰ ਤੋਂ ਬਾਹਰ ਬਾਹਰ ਬਣੇ ਹੁੰਦੇ ਆ, ਇੱਕ ਪਾਸੇ ਖੇਤ ਇੱਕ ਪਾਸੇ ਪਿੰਡ, ਅੱਜ ਵੀ ਹੁੰਦਾ। ਅਤੇ ਜਿਹੜੀ ਮਸੀਤ ਦੀ ਪਿਛਲੀ ਕੰਧ ਆ ਨਾ, ਉਹ ਜੰਗਲ ਵਾਲੇ ਪਾਸੇ ਆ, ਅਤੇ ਉਸ ਦੀਵਾਰ ਦੇ ਨਾਲ ਇੱਕ 8 ਸਾਲ ਦਾ ਆਜੜੀ ਬੱਚਾ ਬੈਠਾ ਭੇਡਾਂ 'ਚ ਬੱਕਰੀਆਂ ਚਾਰਨ ਵਾਲਾ। ਭੇਡਾਂ ਬੱਕਰੀਆਂ ਉਹ ਚਾਰਦਾ ਅਤੇ ਛਾਂ ਦੇ ਲਈ ਉਹ ਦੀਵਾਰ ਦੇ ਓਹਲੇ ਬੈਠਾ ਅਤੇ ਮਸੀਤ ਵਿੱਚ ਕਥਾ ਹੋ ਰਹੀ ਹੈ। ਅਤੇ ਕਥਾ 'ਚ ਕੀ ਕਿਹਾ ਜਾ ਰਿਹਾ, ਪਰਮਾਤਮਾ ਇੱਕ ਹੈ, ਆਪਾਂ ਵੀ ਤਾਂ ਕਹਿੰਦੇ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਉਹਦਾ ਕੋਈ ਭੈਣ ਭਰਾ ਵੀ ਨਹੀਂ ਹੈ, ਉਹ ਆਪਣੇ ਆਪ ਦੇ ਵਿੱਚ ਹੀ ਹੈ, ਇੱਦਾਂ ਕਿਹਾ ਜਾ ਰਿਹਾ। ਉਹ ਬੱਚੇ ਨੇ ਸੁਣ ਲਿਆ, ਬੱਚੇ ਨੇ ਸੁਣ ਲਿਆ ਅਤੇ ਬੱਚਾ ਹੁਣ ਕੀ ਕਹਿੰਦਾ ਪਿਆ, ਕਹਿਣ ਲੱਗੇ ਫਿਰ ਤਾਂ ਰੱਬ ਮੇਰੇ ਵਰਗਾ ਹੀ ਹੈ, ਰੱਬ ਇੱਕ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਮੈਂ ਵੀ ਇਕੱਲਾ ਹੀ ਹਾਂ ਅਤੇ ਮੇਰੇ ਵਰਗਾ ਵੀ ਕੋਈ ਦੂਸਰਾ ਨਹੀਂ ਹੈ, ਰੱਬ ਦੇ ਕੋਈ ਭੈਣ ਭਰਾ ਨਹੀਂ ਹੈ, ਅਤੇ ਕਹਿੰਦਾ ਭੈਣ ਭਰਾ ਮੇਰੇ ਵੀ ਕੋਈ ਨਹੀਂ ਹੈ, ਰੱਬ ਵੀ ਇਕੱਲਾ ਹੀ ਰਹਿੰਦਾ ਅਤੇ ਮੈਂ ਵੀ ਇਕੱਲਾ ਹੀ ਰਹਿੰਦਾ ਹਾਂ, ਰੱਬ ਤਾਂ ਮੇਰੇ ਵਰਗਾ ਹੀ ਹੈ। ਹੁਣ ਗੁਰਮੁਖੋ ਬੱਚਾ ਆਣ ਅੱਖਾਂ ਬੰਦ ਕਰਕੇ ਅਤੇ ਨਾਲ ਕਹਿੰਦਾ ਪਿਆ, ਹੇ ਹੇ ਖੁਦਾ, ਜਿੱਦਾਂ ਦਾ ਮੂਸਾ ਜੀ ਨੇ ਕਿਹਾ ਫਿਰ ਤਾਂ ਤੂੰ ਬਿਲਕੁਲ ਮੇਰੇ ਵਰਗਾ ਹੀ ਹੈ, ਤੇਰਾ ਵੀ ਮਿੱਤਰ ਕੋਈ ਨਹੀਂ, ਮੇਰਾ ਵੀ ਮਿੱਤਰ ਕੋਈ ਨਹੀਂ, ਤੇਰਾ ਵੀ ਮਾਂ ਪਿਓ ਹੈ ਨਹੀਂ, ਮੇਰਾ ਵੀ ਮਾਂ ਪਿਓ ਹੈ ਨਹੀਂ, ਫਿਰ ਪਰਮਾਤਮਾ ਆਪਾਂ ਇੱਕ ਦੂਜੇ ਦੇ ਮਿੱਤਰ ਹੀ ਬਣ ਜਾਂਦੇ ਹਾਂ। ਅੱਖਾਂ ਬੰਦ ਨੇ ਬੱਚੇ ਦੀਆਂ, ਖੁਦਾ ਆਪਾਂ ਇੱਕ ਦੂਜੇ ਦੇ ਮਿੱਤਰ ਬਣ ਜਾਂਦੇ ਹਾਂ, ਅਤੇ ਦੇਖ ਮੈਨੂੰ ਇਹ ਤਾਂ ਨਹੀਂ ਪਤਾ ਵੀ ਤੂੰ ਮੈਨੂੰ ਕੀ ਦੇਵੇਂਗਾ, ਪਰ ਜੇ ਖੁਦਾ ਤੂੰ ਮੇਰੇ ਕੋਲ ਆ ਜਾਏ ਤਾਂ ਮੈਂ ਤੈਨੂੰ ਬੱਕਰੀਆਂ ਦੁੱਧ ਪਿਆਵਾਂਗਾ। ਹੁਣ ਬੱਚਾ ਨਾ ਅੱਖਾਂ ਬੰਦ ਕਰਕੇ ਅਤੇ ਇੰਜ ਗੁਰਮੁਖੋ ਕਹਿ ਰਿਹਾ, ਵਿਰਾਗ ਦੇ ਵਿੱਚ, ਆਨੰਦ ਦੇ ਵਿੱਚ ਕਹਿ ਰਿਹਾ, ਅਤੇ ਮੂਸਾ ਕੋਲ ਦੀ ਲੰਘਿਆ, ਬੱਚੇ ਦੀ ਜ਼ੁਬਾਨ ਦੇ ਸ਼ਬਦ ਸੁਣੇ, ਬੱਚੇ ਦੇ ਕੋਲ ਗਿਆ ਅਤੇ ਖਿੱਚ ਕੇ ਦੋ ਚਪੇੜਾਂ ਬੱਚੇ ਦੇ ਨਾਲ, ਬੱਚੇ ਦੀਆਂ ਅੱਖਾਂ ਖੁੱਲੀਆਂ, ਰੋਣ ਨਿਕਲ ਗਿਆ। ਕਹਿਣ ਲੱਗੇ ਜੀ ਮਾਰਿਆ ਕਿਉਂ, ਰੋਂਦੇ ਰੋਂਦੇ ਪੁੱਛਿਆ ਕਿਉਂ ਮਾਰਿਆ, ਅਤੇ ਕਹਿੰਦੇ ਰੱਬ ਤੇਰੇ ਵਰਗਾ ਕੰਗਾਲ ਹੈ, ਤੂੰ ਰੱਬ ਨੂੰ ਕੀ ਸਮਝਿਆ, ਤੂੰ ਰੱਬ ਨੂੰ ਕੀ ਸਮਝਿਆ, ਰੱਬ ਤੇਰੇ ਵਰਗਾ ਕੰਗਾਲ ਹੈ। ਉਹ ਕਹਿਣ ਲੱਗਾ ਜੀ ਮੈਂ ਨਹੀਂ ਕਿਹਾ ਕੰਗਾਲ, ਜੋ ਕੁਛ ਤੁਸੀਂ ਮਸੀਤੇ ਕਹਿੰਦੇ ਪਏ ਸੀ ਮੈਨੂੰ ਲੱਗਿਆ ਜੋ ਰੱਬ ਹੈ ਰੱਬ ਵਰਗਾ ਹੀ ਮੈਂ ਹਾਂ, ਮੈਂ ਵੀ ਤਾਂ ਇਕੱਲਾ ਹੀ ਹਾਂ। ਜਦੋਂ ਇੰਨਾ ਕਿਹਾ ਮੂਸੇ ਨੇ ਕਿਹਾ ਚੇਤਾ ਰੱਖੀ, ਅੱਜ ਤੋਂ ਬਾਅਦ ਜੇ ਕਿਤੇ ਰੱਬ ਨੂੰ ਖੁਦਾ ਨੂੰ ਆਪਣੇ ਵਰਗਾ ਕਿਹਾ ਤਾਂ ਮੇਰੇ ਤੋਂ ਬੁਰਾ ਤੇਰੇ ਲਈ ਕੋਈ ਨਹੀਂ ਜੇ ਹੋਣਾ। ਜਦੋਂ ਇੰਨਾ ਕਿਹਾ ਤਾਂ ਬੱਚੇ ਨੇ ਰੋਂਦਿਆਂ ਹੋਇਆ ਕਿਹਾ, ਕਹਿਣ ਲੱਗੇ ਮੂਸਾ ਜੀ ਸੱਚੀ ਗੱਲ ਇਹ ਮੈਨੂੰ ਪਤਾ ਨਹੀਂ ਸੀ, ਜੇ ਮੈਨੂੰ ਇਹ ਪਤਾ ਹੁੰਦਾ ਰੱਬ ਨੂੰ ਮਿੱਤਰ ਬਣਾਇਆ, ਰੱਬ ਨੂੰ ਯਾਦ ਕਰਿਆ ਚਪੇੜੇ ਪੈਂਦੇ ਨੇ, ਮੈਂ ਕਦੇ ਨਾ ਕਹਿ ਬੋਲਦਾ। ਜੇ ਰੱਬ ਨੂੰ ਚੇਤੇ ਕਰਿਆ ਚਪੇੜੇ ਪੈਂਦੇ ਨੇ ਮੈਨੂੰ ਪਤਾ ਹੁੰਦਾ, ਮੈਂ ਕਦੇ ਨਾ ਰੱਬ ਨੂੰ ਚੇਤੇ ਕਰਦਾ ਅਤੇ ਅੱਜ ਤੋਂ ਬਾਅਦ ਮੈਂ ਕਦੇ ਨਹੀਂ ਕਰਾਂਗਾ। ਇੰਨੀ ਗੱਲ ਕਹੀ ਅਤੇ ਮੂਸਾ ਗੁਰਮੁਖੋ ਘਰ ਨੂੰ ਤੁਰ ਗਿਆ। ਦੁਪਹਿਰ ਦਾ ਸਮਾਂ ਆਇਆ, ਦੁਪਹਿਰ ਦੀ ਨਮਾਜ਼ ਅਦਾ ਕਰਨ ਲੱਗਾ, ਅੱਜ ਸੁਰਤ ਨਹੀਂ ਜੁੜਦੀ। ਸ਼ਾਮ ਦੀ ਨਮਾਜ਼ ਆਈ, ਜ਼ਬਾਨ ਵਿੱਚੋਂ ਤਾਂ ਨਮਾਜ਼ ਪੜ੍ਹੀ ਆਪਣੇ, ਪਰ ਅੰਦਰ ਦੀ ਸੁਰਤ ਨਹੀਂ ਜੁੜੀ ਉਹਦੀ। ਸਵੇਰ ਹੋਈ ਨਮਾਜ਼ ਪੜ੍ਹਦਾ, ਗੁਰਮੁਖੋ ਰਾਸੀ ਨਹੀਂ ਬਣਦਾ, ਗੱਲ ਹੀ ਨਹੀਂ ਬਣਦੀ। ਇੱਕਦਮ ਖੁਦਾ ਅੱਗੇ, ਐ ਖੁਦਾ
ਐਡਾ ਕੀ ਗੁਨਾਹ ਹੋ ਗਿਆ, ਮੇਰੀ ਸੁਰਤ ਨਹੀਂ ਜੁੜਦੀ ਪਈ। ਅਤੇ ਇਤਿਹਾਸ ਜਿਹੜਾ ਇਸਲਾਮੀ ਇਤਿਹਾਸ ਹੈ ਉਹ 'ਚ ਲਿਖਿਆ ਮਿਲਦਾ, ਕਹਿਣ ਕਿ ਖੁਦਾ ਦੀ ਦਰਗਾਹ ਵਿੱਚੋਂ ਇਲਹਾਮ ਹੋਇਆ, ਖੁਦਾ ਦੀ ਦਰਗਾਹ ਵਿੱਚੋਂ ਇਲਹਾਮ ਹੋਇਆ ਅਤੇ ਸ਼ਰਸਰ ਐ ਮੂਸਾ ਤੇਰੀ ਸੁਰਤ ਨਹੀਂ ਜੇ ਜੁੜਦੀ, ਤੇਰੇ ਮਨ ਨੇ ਨਹੀਂ ਜੇ ਜੁੜਨਾ, ਜੜ ਤੱਕ ਤੂੰ ਟੁੱਟਿਆ ਹੋਇਆਂ ਨੂੰ ਜੋੜਦਾ ਰਿਹਾ ਅਤੇ ਤੇਰੀ ਸੁਰਤ ਜੁੜਦੀ ਰਹੀ, ਹੁਣ ਤੂੰ ਜੁੜਿਆ ਹੁਣ ਤੋੜਨ ਲੱਗ ਪਿਆ, ਚੇਤਾ ਰੱਖੀ ਜਿਹੜਾ ਜੁੜਿਆ ਹੋਇਆ ਨੂੰ ਤੋੜਨ ਲੱਗ ਪਵੇ ਉਹਦੀ ਸੁਰਤ ਨਹੀਂ ਕਦੇ ਜੁੜਦੀ। ਤੂੰ ਇੱਕ ਜੁੜੇ ਹੋਏ ਨੂੰ ਤੋੜ ਕੇ ਰੱਖ ਦਿੱਤਾ, ਚੇਤਾ ਰੱਖੀ ਸੁਰਤ ਨਹੀਂ ਜੇ ਕਦੇ ਜੁੜਦੀ। ਸੱਚੀ ਗੱਲ ਗੁਰਮੁਖੋ ਇਹ ਹੈ, ਗੱਲ ਕੇਵਲ ਜ਼ਬਾਨ ਦੇ ਸ਼ਬਦਾਂ ਦੀ ਥੋੜ੍ਹਾ, ਕਿ ਜ਼ਬਾਨ ਦੇ ਸ਼ਬਦ ਕੀ ਬੋਲਦੇ ਪਏ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਲੇਖਾ ਲਿਖੀਐ ਮਨ ਕਹਿ ਪਾਏ, ਰੱਬ ਦੇ ਦਰਬਾਰ ਲੇਖਾ ਲਿਖਿਆ ਜਾਂਦਾ ਮਨ ਦੀ ਭਾਵਨਾ ਦੇ ਅਨੁਸਾਰ। ਤੇਰੇ